ਕਰੋਨਾ ਕਾਲ ਦੌਰਾਨ ਜਿਨ੍ਹਾਂ ਲੋਕਾਂ ਖਿਲਾਫ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤੇ ਗਏ ਸਨ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਆਮ ਲੋਕਾਂ ਖਿਲਾਫ ਦਰਜ 1112 ਐਫਆਈਆਰਸ ਨੂੰ ਇੱਕੋ ਸਮੇਂ ਰੱਦ ਕਰ ਦਿੱਤਾ ਹੈ ਪੰਜਾਬ ਵਿੱਚ 808 ਹਰਿਆਣਾ ਵਿੱਚ 169 ਤੇ ਚੰਡੀਗੜ੍ਹ ਵਿੱਚ 84 ਐਫਆਈਆਰ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਨੇ ਇਹ ਸਾਰੀਆਂ ਐਫਆਈਆਰ 15 ਮਾਰਚ 2020 ਤੋਂ 28 ਮਾਰਚ 2022 ਦਰਮਿਆਨ ਦਰਜ ਕੀਤੀਆਂ ਗਈਆਂ ਸਨ ਹਾਈ ਕੋਰਟ ਨੇ ਕਿਹਾ ਉਹ ਜਿਹੜੇ ਹਾਲਾਤ ਸਨ ਜਦੋਂ ਲੋਕਾਂ ਨੂੰ ਭੋਜਨ ਦਵਾਈਆਂ ਤੇ ਮਜਬੂਰੀਆਂ ਕਾਰਨ ਕਾਟ ਛੱਡਣ ਲਈ ਮਜਬੂਰ ਹੋਣਾ ਪਿਆ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਇਸ ਲਈ ਇਹ ਸਾਰੇ ਕੇਸ ਰੱਦ ਕੀਤੇ ਜਾਂਦੇ ਨੇ